ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਅੱਜ ਆਪਾਂ ਤੁਹਾਨੂੰ ਪੌਂਚੇ ਦੀ ਜਿਹੜੀ ਸਿਲਾਈ ਆ ਉਹਦੇ ਬਾਰੇ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਲਗਾਈ ਜਾਂਦੀ ਆ। ਹਾਂਜੀ, ਆਹ ਦੇਖੋ ਜੀ, ਜਿਹੜੀਆਂ ਆਪਣੀਆਂ ਕੁੰਡੇ ਦੀਆਂ ਸੀਨਾਂ ਹੁੰਦੀਆਂ ਜੀ, ਆਹ ਵਾਲੀਆਂ, ਇੱਕ ਇੱਧਰ ਹੁੰਦੀ ਇੱਕ ਇੱਧਰ ਹੁੰਦੀ ਆ, ਇਹਨਾਂ ਸੀਨਾਂ ਨੂੰ ਆਪਾਂ ਇਸ ਤਰ੍ਹਾਂ ਬਿਲਕੁਲ ਬਰਾਬਰ ਕਰ ਲੈਣਾ, ਇਸ ਤਰ੍ਹਾਂ ਜੀ, ਇਸ ਤਰ੍ਹਾਂ ਬਰਾਬਰ ਕਰਕੇ ਜੀ ਫਿਰ ਆਪਾਂ ਇੱਧਰੋਂ ਇੱਥੋਂ ਫੜ ਲੈਣਾ ਜੀ, ਆਪਾਂ ਇਹਨੂੰ ਇਸ ਤਰ੍ਹਾਂ ਬਰਾਬਰ ਕਰ ਲੈਣਾ, ਇਸ ਤਰ੍ਹਾਂ ਬਰਾਬਰ ਕਰਕੇ ਜੀ ਆਪਾਂ ਇਹਨੂੰ, ਫਿਰ ਜੇ ਕੋਈ ਵਾਧ ਘਾਟ ਆ ਜੀ ਉਹ ਕੱਟ ਦੇਣੀ ਆ, ਆਪਣੇ ਕੋਈ ਵਾਧ ਘਾਟ ਨਹੀਂ ਆਈ ਜੀ, ਆਪਾਂ ਪਹਿਲਾਂ ਹੀ ਇਹਨੂੰ ਇੱਕ ਪ੍ਰੋਪਰ ਤਰੀਕੇ ਦੇ ਨਾਲ ਸਿਲਾਈ ਕੀਤਾ ਸੀ। ਹਾਂਜੀ, ਹੁਣ ਆਪਾਂ ਮੂਰੀ 'ਤੇ ਨਿਸ਼ਾਨ ਲਾਵਾਂਗੇ, ਆਹ ਦੇਖੋ ਜੀ, ਤੁਹਾਨੂੰ ਨੇੜੇ ਕਰਕੇ ਦਿਖਾਉਂਦੇ ਹਾਂ ਆਪਾਂ, ਆਪਣੀ 6.5 ਮੂਰੀ ਸੀ, ਆਪਾਂ 6.5 'ਤੇ ਨਿਸ਼ਾਨ ਲਾਤਾ ਇੱਥੇ, ਇਵੇਂ ਆਪਾਂ ਜੀ ਜਿੱਥੋਂ ਤੱਕ ਆਪਣਾ ਪਹੁੰਚਾ ਮੜਿਆ ਹੁੰਦਾ ਆਹ ਵਾਲਾ, ਇੱਥੇ ਜੀ ਆਪਾਂ ਲਾਉਣੀ ਆ ਨਿਸ਼ਾਨੀ 1 ਇੰਚ ਅੱਗੇ, ਇੱਥੋਂ ਆਪਾਂ 6.5 ਲਾਈ ਸੀ, ਇੱਥੇ ਆਪਾਂ 7.5 ਲਾਉਣੀ ਆ ਜੀ, ਇਸ ਤਰ੍ਹਾਂ, ਆਹ ਦੇਖੋ ਇਸ ਤਰ੍ਹਾਂ 7.5 ਲਾ ਕੇ ਫਿਰ ਆਪਾਂ ਜੀ ਜਿਹੜੀ ਇਸ ਤਰ੍ਹਾਂ ਪਹੁੰਚੇ ਦੀ ਕੁੰਦੇ ਦੇ ਵਿੱਚ ਜਿਹੜੀ ਇਸ ਤਰ੍ਹਾਂ ਜੀ ਆਹ ਵਾਲਾ ਕੁੰਦਾ ਆਪਣਾ, ਇਹਦੇ ਵਿੱਚ ਜਿਹੜੀ ਆਪਾਂ ਸਿਲਾਈ ਲਗਾਉਣੀ ਆ ਉਹ ਆਪਾਂ ਜੀ ਇੱਥੋਂ ਦੇਖੋ ਜੀ ਇਸ ਤਰ੍ਹਾਂ, ਇੱਥੇ ਆਪਣਾ 6.5 ਆ, ਇੱਥੇ ਆਪਣਾ 7.5 ਆ, ਇੱਥੋਂ ਇਸ ਤਰ੍ਹਾਂ ਇੰਚੀ ਟੇਪ ਆਪਾਂ ਰੱਖ ਲੈਣਾ ਜੀ, ਇਸ ਤਰ੍ਹਾਂ, ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਈ ਸਿੱਧਾ, ਇਹ ਨਿਸ਼ਾਨ ਜੀ ਆਪਾਂ 21 ਇੰਚ ਤੱਕ ਲਗਾਉਣਾ, 21 ਇੰਚ ਤੱਕ ਇਹ ਨਿਸ਼ਾਨ ਆਪਾਂ ਲਾਉਣਾ ਹੈ ਜੀ, ਇਸ ਤਰ੍ਹਾਂ, ਆਹ ਦੇਖੋ ਜੀ ਆਪਣਾ 21 ਇੰਚ ਤੱਕ ਨਿਸ਼ਾਨ ਲਾ ਕੇ ਤਿਆਰ ਹੋ ਗਿਆ ਹੈ, 6.5 ਤੋਂ 7.5, ਉਸ ਤੋਂ ਅੱਗੇ ਆਪਣਾ ਜੀ 21 ਤੱਕ ਨਿਸ਼ਾਨ ਲੱਗ ਗਿਆ ਹੈ, ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਾਉਣਾ ਹੈ, ਇਹਦੇ ਉੱਪਰ ਫਿਰ ਆਪਾਂ ਕਰ ਦਿੰਦੇ ਜੀ ਸਿਲਾਈ, ਸਿਲਾਈ ਕਰਕੇ ਤੁਹਾਨੂੰ ਦਿਖਾਉਂਦੇ ਹਾਂ, ਸਿਲਾਈ ਨੂੰ ਆਪਾਂ ਇੱਥੋਂ 2-3 ਵਾਰੀ ਮਾਰਨਾ ਜੀ, ਪੱਕੀ ਕਰਨੀ ਹੈ ਚੰਗੀ ਤਰ੍ਹਾਂ, ਆਹ ਦੇਖੋ ਜੀ ਇਸ ਤਰ੍ਹਾਂ ਸਿਲਾਈ ਮਾਰਨ ਲੱਗੇ ਜੀ, ਆਪਾਂ ਕੱਪੜਾ ਨਾ ਜ਼ਿਆਦਾ ਖਿੱਚਣਾ ਹੈ ਨਾ ਜ਼ਿਆਦਾ ਢਿੱਲਾ ਛੱਡਣਾ ਹੈ, ਇਸ ਤਰ੍ਹਾਂ ਸਿਲਾਈ ਲਗਾਉਣੀ। ਹਾਂਜੀ, ਇੱਥੋਂ ਆਪਾਂ ਸਿਲਾਈ ਲਗਾਉਂਦੇ ਇਸ ਤਰ੍ਹਾਂ ਆਪਾਂ ਜੀ, ਅੱਗੇ ਆਪਾਂ ਇਹ ਆਸਣਾਂ ਦਾ ਵੀ ਧਿਆਨ ਰੱਖਣਾ ਹੈ, ਇਹ ਆਸਣ ਆਪਣੇ ਬਿਲਕੁਲ ਬਰਾਬਰ ਆਉਣੇ ਚਾਹੀਦੇ ਆ, ਇਸ ਤਰ੍ਹਾਂ ਜੀ, ਇਹ ਆਸਣ ਨਾਲ ਆਸਣ ਆਪਣਾ ਮਿਲਣਾ ਚਾਹੀਦਾ ਹੈ, ਇਸ ਤਰ੍ਹਾਂ, ਆਸਣ ਤੋਂ ਆਪਾਂ ਅਗਲੇ ਪਾਸੇ 3 ਇੰਚ ਤੱਕ ਲੈ ਕੇ ਜਾਂਦੇ ਹਾਂ ਜੀ, ਇਸ ਤਰ੍ਹਾਂ ਲਾ ਦਿੰਦੇ ਹਾਂ, ਇਵੇਂ ਆਪਾਂ ਇੱਧਰਲੇ ਪਹੁੰਚੇ ਅਤੇ ਨਿਸ਼ਾਨੀ ਲਾ ਕੇ ਜੀ ਸਿਲਾਈ ਲਗਾਉਣੀ ਆ, ਇਹ ਆਪਾਂ ਆਸਣ ਕੋਲ ਜਾ ਕੇ 3 ਇੰਚ ਇੱਧਰਲੇ ਪਾਸੇ ਲੈ ਕੇ ਜਾਣੀ ਹੈ ਜੀ ਸਿਲਾਈ, ਇੱਥੋਂ ਕਿ ਆਪਣੀ ਸਿਲਾਈ ਉੱਧੜਦੀ ਨਹੀਂ ਜੀ, ਫਿਰ ਝੋਲੀ ਆਪਣੀ ਤਸੀਨ ਜਿਹੜੀ ਆ ਉਹ ਪੱਕੀ ਹੋ ਜਾਂਦੀ ਹੈ। ਆਪਾਂ ਤੁਹਾਨੂੰ ਸਿਲਾਈ ਲੱਗੀ ਵੀ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਂਦੇ ਹਾਂ, ਆਹ ਦੇਖੋ ਜੀ ਆਪਣੀ ਸਿਲਾਈ ਲੱਗ ਕੇ ਤਿਆਰ ਹੋ ਗਈ, ਆ ਦੇਖੋ ਜੀ ਕਿਤੇ ਕੋਈ ਵਾਰ ਨਹੀਂ ਪੈਂਦਾ, ਕਿੰਨੀ ਸ਼ੇਪ ਦੇ ਨਾਲ ਆਪਣੀ ਸਿਲਾਈ ਜਿਹੜੀ ਆ ਲੱਗ ਕੇ ਤਿਆਰ ਹੋ ਗਈ ਆ, ਦੇਖੋ ਜੀ। ਥੈਂਕ ਯੂ ਫੋਰ ਵਾਚਿੰਗ।